वीरो सत श्री अकाल, मैं हरमनजोत सिंह स्वागत करदा तुहाडा अज्ज इस वीडियो दे विच। अज्ज आपां जी एक कंप्लेंट ला लो, कुछ मर्जी कह सकदे हो तुसीं। वैसे एक रिव्यू हो गया, एक कंप्लेंट। ये है जी फार्म ट्रैक 80, जो कि बहुत घट आपां नूं रेयर ट्रैक्टर देखण नूं, बहुत रेयर ट्रैक्टर मिलते हैं गे वधिया भी। जिवें तुसीं सारे जाणदे हो बाकी जो ट्रैक्टर की लाइन से, सारे वीरां नूं पता ही है फार्म ट्रैक 80 बारे। बाकी तुहानूं कराउणा जो कस्टमर ने अपने जिन्हां कोल ट्रैक्टर जिन्हां ने लैता गा। हाँ जी, अज तुहाडी कराउणे आ इस ट्रैक्टर के ओनर नाल गलबात सुखचैन सिंह जी दे नाल। हाँ जी, हाँ जी, असीं होर ट्रैक्टर दे पहले तो शकीन सीगे। अच्छा अच्छा, ठीक है जी। फिर फार्म ट्रैक आ गए, फिर फार्म ट्रैक 45 भी अपने लवे। हाँ जी, ते 60 भी भरा लवे, 76 भी अपने भूए जी दे बेटे लवे। अच्छा भी सारे, मतलब 65 भी अपने ताए जी दे मुंडिया लवे। हाँ जी हाँ, सानूं देखण नूं 80 दा ट्रैक्टर लभिया ਹੈਗਾ, ਲੇਡੀ ਸੀਗਾ ਸਾਡੇ ਮਸਤਵਾਣਾ ਸਾਹਿਬ ਗੁਰਦੁਆਰਾ ਆਇਆ ਲਵੇ। ਠੀਕ ਹੈ ਜੀ, ਗੁਰਦੁਆਰਾ ਸਾਹਿਬ ਤੋਂ ਆਇਆ। ਸਾਨੂੰ ਸ਼ਕੀਨ ਸੀ ਵੀ ਇਹ ਟਰੈਕਟਰ ਵੀ ਤਕੜਾ ਬਹੁਤ ਹੈ ਵੀ ਅਸੀਂ ਚਲੋ ਤਿਆਰ ਕਰਾ ਲਾਂ, ਕਿਉਂਕਿ ਬਹੁਤ ਵੱਡੀ 80 ਦੀ ਪਾਵਰ ਆ ਗਈ, ਬਹੁਤ ਜ਼ਿਆਦਾ ਹੁੰਦੀ ਹੈ ਜੀ। ਅਸੀਂ ਕੋਈ ਦੇਖਿਆ ਨਹੀਂ, ਇੰਜਨ ਨਹੀਂ ਦੇਖਿਆ, ਕੁਛ ਨਹੀਂ ਦੇਖਿਆ ਵੀ ਚਲੋ ਕੰਪਨੀ ਦਾ ਟਰੈਕਟਰ ਹੈ, ਹਾਂ ਆਪਾਂ ਠੀਕ ਕਰਾ ਲਾਂਗੇ। ਹਾਂਜੀ ਹਾਂ, ਕੋਈ ਖਾਸ ਵੱਡੀ ਗੱਲ ਨਹੀਂ, ਪਰ ਅਸੀਂ ਇਹਦਾ ਬਠਿੰਡੇ ਤੋਂ ਸਮਾਨ ਕਿੱਟ ਵਗੈਰਾ ਮੰਗਾ ਕੇ ਸੰਗਰੂਰ ਇੰਜਨ ਕਰਵਾਇਆ। ਠੀਕ ਹੈ ਜੀ, ਤੇ ਖਰਾਰੀਏ ਤੋਂ ਕੰਮ ਵੀ ਸ਼ੁਰੂ ਤੋਂ ਕਰਾਇਆ। ਹਾਂਜੀ, ਤੇ ਪਰ ਸਾਡੇ ਰਾਸ ਨਹੀਂ ਆਇਆ ਵੀ ਇਹ ਚੱਲ ਕੇ ਨਹੀਂ ਦਿੱਤਾ। ਠੀਕ ਹੈ ਵੀ, ਆਪਾਂ ਨੂੰ ਹੁਣ ਇਹ ਦਿੱਕਤ ਕੀ ਦੇ ਰਿਹਾ ਟਰੈਕਟਰ ਜੀ? ਦਿੱਕਤ ਇੰਜਨ ਕੁਣੀਆਂ, ਹੋਰ ਕੋਈ ਤਥਾ ਨਹੀਂ ਕਿਸੇ ਚੀਜ਼ ਦੀ। ਅੱਛਾ ਜੀ, ਇੰਜਨ ਬਲੋ ਮਾਰਨ ਨੂੰ ਨਹੀਂ ਹਟਿਆ, ਕਿਤੇ ਸਲਾਂਸਰ ਵਿੱਚ ਦੀ ਪਾਣੀ ਠੀਕ ਹੈ ਮਾਰਦਾ ਹੈ, ਕਿਤੇ ਬਲੋ ਮਾਰਦਾ, ਇੰਜਨ ਦੀ ਸੈਟਿੰਗ ਨਹੀਂ ਹੋਈ, ਸੈਟਿੰਗ ਦੀ ਉਹ ਵੀ ਅਸੀਂ ਕਰ ਲਈ। ਠੀਕ ਹੈ ਜੀ, ਬਾਕੀ ਅੱਗੋਂ ਹਿੱਸਾ ਠੀਕ ਹੈ, ਪਿੱਛੋਂ ਲਿਫਟ ਵਗੈਰਾ ਸਾਰਾ ਪਿਛਲਾ ਹਿੱਸਾ ਸਭ ਕੁਝ ਠੀਕ ਹੈ, ਬਸ ਇੰਜਨ ਦੀ ਪ੍ਰੋਬਲਮ ਹੈ। ਜੇ ਇੰਜਨ ਇਹਦਾ ਸਹੀ ਹੋ ਗਿਆ ਨਾ, ਇਹ ਤਾਂ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ। ਹਾਂਜੀ ਠੀਕ ਹੈ, ਵੀ ਹੁਣ ਪਹਿਲਾਂ ਤੁਹਾਨੂੰ ਵੀ ਕਹਿਣ ਦਾ ਵੀ ਆਪਣਾ ਮਤਲਬ ਸਾਰਾ ਮਕਸਦ ਵੀਰੋ ਇਹੀ ਹੈਗਾ ਕਿ ਜਦੋਂ ਆਪਾਂ ਕੰਮ ਕਰਾਉਣਾ ਵੀ ਦੇਖ ਕੇ ਕਰਾਓ, ਠੱਗੀ ਦੇ ਸ਼ਿਕਾਰ ਨਾ ਹੋ। ਸਭ ਤੋਂ ਪਹਿਲਾਂ ਤਾਂ ਜਦੋਂ ਕਿਸੇ ਮਤਲਬ ਜਿਹੜੇ ਬੰਦੇ ਨਾਂ ਬਣਿਆ, ਮਤਲਬ ਜਿਹਦੇ ਬਾਰੇ ਤੁਸੀਂ ਜਾਣਦੇ ਹੋਗੇ, ਜ਼ਿਆਦਾਤਰ ਵੀਰਾਂ ਤੋਂ ਉਹਨਾਂ ਤੋਂ ਕੰਮ ਕਰਾਇਆ ਕਰੋ। ਆਪਾਂ ਕਿਸੇ ਨੂੰ ਵੀ ਆਪਾਂ ਮੈਂਸ਼ਨ ਨਹੀਂ ਕਰ ਰਹੇ ਜਿਹਨਾਂ ਤੋਂ ਇਹਨਾਂ ਸੰਗਰੂਰ ਕਿਤੇ ਵੀ ਕੰਮ ਕਰਾਇਆ ਗਾ, ਕਿਉਂਕਿ ਆਪਾਂ ਵੀਰੋ ਆਪਣਾ ਕੰਮ ਨਹੀਂ ਹੈ ਕਿਸੇ ਨੂੰ ਮਾੜਾ ਬੋਲਣਾ। ਠੀਕ ਹੈ ਜੀ, ਆਪਾਂ ਨੇ ਦੱਸਣਾ ਵੀ ਬਚੋ, ਜਿਹੜਾ ਬੰਦਾ ਸਾਨੂੰ ਜਾਣਕਾਰ ਲੱਗਦਾ ਜਾਂ ਕੰਪਨੀਆਂ ਦੀ ਜਾਣਕਾਰ, ਸਾਰੀ ਉੱਪਰ ਤੋਂ ਉੱਪਰ ਇੰਜੀਨੀਅਰ ਬੈਠੇ ਨੇ ਵੀਰੋ, ਵੀ ਉਹਨਾਂ ਤੋਂ ਕਰਾਓ। ਬਾਕੀ ਚਲੋ ਤੁਹਾਨੂੰ ਐਂ ਸੀ, ਤੁਹਾਨੂੰ ਬੰਦੇ 'ਤੇ ਯਕੀਨ ਹੋਊਗਾ ਫਿਰ ਵੀ ਓਰਿਜਨਲ ਸਮਾਨ ਪਾਤਾ ਵੀ ਇਹ 'ਚ ਹੋਰ ਹੈ ਕੀ ਹੈ, ਬਾਕੀ ਹੁਣ ਇਹਨੇ ਪਾ ਦੇਣੇ ਵੀ ਦੇਖਿਆ ਵੀ ਨੌਲੇਜ ਬੰਦੇ ਨੂੰ ਅੱਡ ਅੱਡ, ਸਾਰਿਆਂ ਨੂੰ ਆਪਦੀ ਆਪਦੀ ਨੌਲੇਜ ਹੁੰਦੀ ਹੈ ਵੀ ਕਿੰਨਾ ਕਹਿਣਾ। ਬਾਕੀ ਹੁਣ ਕਰਾ ਰਹੇ ਆਪਾਂ, ਲੋਕ ਤੁਸੀਂ ਦੇਖੋ ਫਲੈਟ ਪਲੈਟਫਾਰਮ ਆਪਾਂ ਨੂੰ ਪਹਿਲਾਂ ਉਦੋਂ ਮਿਲਦਾ 2009 ਮਾਡਲ ਆ, ਮੇ ਬੀ ਇਹੀ ਤੁਹਾਨੂੰ ਦਿਖਾ ਦਈਏ ਅੱਗੇ। ਟਾਇਰ ਸਾਈਜ਼ ਦੱਸ ਦਿੰਦਾ ਤੁਹਾਨੂੰ ਇਸਦਾ, ਡਬਲ ਡਿਸਟ੍ਰੀਬਿਊਟਰ ਮਿਲਦਾ ਇਸਦੇ ਵਿੱਚ ਆਪਾਂ ਨੂੰ, ਮੜਘਾਟ ਦੇਖ ਸਕਦੇ ਵੀਰੋ, ਬਹੁਤ ਅਲੱਗ ਸ਼ੇਪ ਆਪਾਂ ਨੂੰ ਮਿਲਦੀ ਆ, ਮਤਲਬ ਜਿਹੜੀ ਇੰਪੋਰਟਡ ਜਿਵੇਂ ਪੀਸ ਹੁੰਦੇ ਨੇ ਉਹਨਾਂ ਦੀ ਹੁੰਦੇ ਨੇ। ਬਾਕੀ ਇਸ 'ਤੇ ਜਿਹੜਾ ਡੀਜ਼ਲ ਟੈਂਕ ਹੈਗਾ ਉਹ ਆਪਾਂ ਨੂੰ ਪਲਾਸਟਿਕ ਜੋ ਮਿਲਦਾ, ਆਪਾਂ ਨੂੰ ਜੋ ਮਟੀਰੀਅਲ ਤੁਸੀਂ ਦੇਖ ਦਿਓ ਪਲਾਸਟਿਕ ਟਾਈਪ ਮਟੀਰੀਅਲ ਆ ਜੀ ਇਹ। ਬਾਕੀ ਤੁਸੀਂ ਸਾਰੀ ਲੁੱਕ ਸੋਹਣੀ ਬੜੀ, ਮਤਲਬ ਵੀਰ ਉਹਨਾਂ ਨੇ ਬਹੁਤ ਰੀਜਨ ਰੱਖੇ, ਬਟ ਚਲੋ ਆਪਾਂ ਕਿਸੇ ਨੂੰ ਕੁਛ ਗਲਤ ਨਹੀਂ ਕਹਿੰਦੇ। ਆਹ ਹੈਗਾ ਜੀ ਇਹਦਾ ਸ਼ਟਲ ਸ਼ਿਫਟ ਗੇਅਰ, ਜੋ ਹੁਣ ਟਰੈਕਟਰ ਆਪਾਂ ਨੂੰ ਟੈਕਨੋਲੋਜੀ ਮਿਲਦੀ ਹੈਗੀ, ਹੈ ਨਾ ਜੀ। ਤੁਹਾਨੂੰ ਦਿਖਾਵਾਂਗੇ ਸਾਰਾ ਵੀ ਟਰੈਕਟਰ, ਤੁਸੀਂ ਦੇਖੋ ਵੀਰ ਉਹਨਾਂ ਨੇ ਪੂਰੀ ਰੀਝ ਨਾਲ ਤਿਆਰ ਕਰਾਇਆ ਸੀ, ਦੇਖੋ ਤੁਸੀਂ ਸਾਰਾ ਦੇਖ ਸਕਦੇ ਹੋ। ਅੱਜ ਵੀਰ ਯਾਰ ਨੇ ਸਾਨੂੰ ਆਪਾਂ ਕਰਾਂਗੇ ਪੂਰਾ ਰਿਵਿਊ, ਜਮੀ ਪੂਰੀ ਵੀ ਜਿਹੜੀ ਕਹਿੰਦੇ ਆਪਾਂ ਸਾਰਾ ਚਲਾ ਕੇ ਦਿਖਾਵਾਂਗੇ ਵੀ ਕਿਵੇਂ ਟਰੈਕਟਰ ਕਿੰਨਾ ਕੁ ਲੋਡ ਲੈਂਦਾ, ਕਿਵੇਂ ਚੱਲਦਾ, ਤੁਹਾਨੂੰ ਕਰਾਂਗੇ ਹੁਣ ਇਹਦਾ ਪੂਰਾ 1 ਮਹੀਨੇ ਬਾਅਦ ਰਿਵਿਊ ਟਰੈਕਟਰ ਦਾ ਚੱਲਦੇ ਦੇ ਜਨਰੇਟਰ 'ਤੇ ਦਿਖਾਵਾਂਗੇ। ਬਾਕੀ ਵੀਰੋ ਵੀਡੀਓ ਕਿੱਦਾਂ ਦੀ ਲੱਗੀ, ਕਿੱਦਾਂ ਦੀ ਆਪਣੇ ਤੁਹਾਨੂੰ ਵੀਡੀਓ ਚੈਨਲ 'ਤੇ ਵੀ ਲੱਗਦੀਆਂ ਨੇ, ਕਿੱਦਾਂ ਦੀ ਇਹ ਵੀਡੀਓ ਲੱਗੀ ਦੱਸਣਾ, ਚੈਨਲ ਕਰਨਾ ਆਪਣਾ ਸਬਸਕ੍ਰਾਈਬ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਦਬਾਉਣਾ, ਜਿਸ ਨਾਲ ਕਿ ਤੁਹਾਨੂੰ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਮਿਲ ਸਕਣ। ਮਿਲਦੇ ਹਾਂ ਵੀਰੋ ਫਿਰ ਨੈਕਸਟ ਵੀਡੀਓ ਦੇ ਵਿੱਚ, ਧੰਨਵਾਦ।